ਪੰਜਾਬ ਵਿੱਚ ਲੋਕ ਸੁਵਿਧਾ ਲਈ ਲੱਗੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਆਪਣੀ ਡਿਊਟੀ ਵਿੱਚ ਕੋਤਾਹੀ ਕਰਨ ਦੇ ਮਾਮਲੇ ਨਵੇਂ ਨਹੀਂ ਨੇ। ਇਸੇ ਤਰੀਕੇ ਸਰਕਾਰੀ ਦਫ਼ਤਰਾਂ ਵਿੱਚ ਲੇਟ ਲਤੀਫ਼ ਅਧਿਕਾਰੀ ਵੀ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣਦੇ ਨੇ। ਨਵਾਂ ਸ਼ਹਿਰ ਵਿੱਚ ਅਜਿਹਾ ਹੀ ਵੇਖਣ ਨੂੰ ਮਿਲਿਆ। ਪੇਸ਼ ਹੈ ਪੂਰੇ ਮਾਮਲੇ ਤੇ ਸਾਡੀ ਖਾਸ ਰਿਪੋਰਟ। ਪੰਜਾਬ ਵਿੱਚ ਸਰਕਾਰੀ ਅਧਿਕਾਰੀਆਂ ਦੇ ਤੈਅਸ਼ੁਦਾ ਟਾਈਮਿੰਗ ਤੇ ਆਪਣੇ ਦਫ਼ਤਰੋਂ ਗੈਰ ਹਾਜ਼ਰ ਰਹਿਣ ਦੇ ਮਾਮਲੇ ਨਵੇਂ ਨਹੀਂ ਨੇ, ਪਰ ਹੁਣ ਕੁਝ ਅਧਿਕਾਰੀਆਂ ਵੱਲੋਂ ਅਜਿਹੀ ਅਣਗਹਿਲੀ ਵਧਦੀ ਜਾ ਰਹੀ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ। ਮਾਮਲਾ ਹੈ ਨਵਾਂ ਸ਼ਹਿਰ ਦਾ, ਜਿੱਥੋਂ ਦੇ ਮਾਲ ਵਿਭਾਗ ਦੇ ਦਫ਼ਤਰ ਵਿੱਚ ਪਟਵਾਰੀਆਂ ਵੱਲੋਂ ਆਪਣੇ ਨਾਲ ਪ੍ਰਾਈਵੇਟ ਮੁਲਾਜ਼ਮ ਰੱਖ ਕੇ ਕੰਮ ਕਰਾਉਣ ਦੀਆਂ ਤਸਵੀਰਾਂ ਵੀ ਕੈਮਰੇ ਵਿੱਚ ਕੈਦ ਹੋਈਆਂ ਨੇ। ਇਨ੍ਹਾਂ ਹੀ ਨਹੀਂ, ਜਿੱਥੇ ਪਟਵਾਰੀ ਅਜਿਹਾ ਕੁਝ ਹੋਣ ਤੋਂ ਇਨਕਾਰ ਕਰਦੇ ਨਜ਼ਰ ਆਏ, ਉੱਥੇ ਹੀ ਪਟਵਾਰੀਆਂ ਦੀ ਥਾਂ ਕੰਮ ਕਰ ਰਹੇ ਕੁਝ ਨੌਜਵਾਨਾਂ ਨੇ ਮੰਨਿਆ ਕਿ ਉਹਨਾਂ ਨੂੰ ਪਟਵਾਰੀ ਵੱਲੋਂ ਇਸ ਕੰਮ ਲਈ 5 ਤੋਂ 6 ਹਜ਼ਾਰ ਰੁਪਏ ਤੱਕ ਤਨਖਾਹ ਮਿਲਦੀ ਹੈ। ਕਿੰਨੇ ਪੈਸੇ ਮਿਲਦੇ ਤੁਹਾਨੂੰ? 6 ਹਜ਼ਾਰ। 6 ਹਜ਼ਾਰ ਰੁਪਏ ਦਿੰਦੇ? ਕਿਹੜਾ ਕਾਊਂਟਰ? ਕਿਹੜਾ ਸਾਡਾ? ਉੱਥੇ ਬੈਠੋ ਭਾਈ। ਜਿਹੜੀ ਜਿਹੜੀ ਤੁਹਾਨੂੰ ਤਨਖਾਹ ਦਿੰਦੇ ਸਰਕਾਰ ਵੱਲੋਂ ਮਿਲਦੀ ਹੈ? ਨਹੀਂ, ਆਪਣੇ। ਕੌਣ ਦਿੰਦਾ ਤੁਹਾਨੂੰ? ਪਟਵਾਰੀ ਸਾਹਿਬ। ਕਿੰਨਾ ਚਿਰ ਹੋ ਗਿਆ? 3 ਸਾਲ। ਹੋਰ ਕਿੰਨੇ ਕੁ ਪਟਵਾਰੀਆਂ ਨੇ ਇੱਦਾਂ ਮੁੰਡੇ ਕੰਮ ਕਰਦੇ ਆ? 2 ਤਿੰਨ ਜੀ। ਵਿਕਾਸ ਕਿਹੜਾ ਮੁੰਡਾ ਇੱਥੇ ਬੈਠਾ ਸੀ ਕੁਰਸੀ ਤੁਹਾਡੀ? ਹਾਂਜੀ, ਉਹ ਬੰਦਾ ਕਹਿ ਕੇ ਗਿਆ ਮੈਨੂੰ ਰਵਿੰਦਰ ਸਿੰਘ ਘੁੰਮਣ ਜੀ ਨੇ ਮੈਨੂੰ 6 ਹਜ਼ਾਰ ਰੁਪਏ ਦੇ ਉੱਤੇ ਰੱਖਿਆ ਜੀ ਇੱਥੇ ਕੰਮ ਕਰਨ ਨੂੰ। ਉਹੀ ਬੰਦਾ ਬੈਠਾ ਗਿਆ ਇੱਥੇ, ਮੈਨੂੰ ਬੰਦਿਆਂ ਨੇ ਦੱਸਿਆ ਵੀ ਕਿ ਉਹ ਮੁੰਡੇ ਨੇ ਕਾਗਜ਼ ਕੱਢ ਕੇ ਦਿੱਤੇ ਸਾਨੂੰ, ਅਤੇ ਉਹੀ ਹੁਣ ਦੇਖ ਲਓ ਸਾਡੀਆਂ ਅਲਮਾਰੀਆਂ ਵੀ ਖੁੱਲੀਆਂ ਪਈਆਂ, ਉਹ ਮੁੰਡਾ ਉੱਠ ਕੇ ਦੌੜ ਗਿਆ ਜਦ ਉਹਨੇ ਸਾਨੂੰ ਦੇਖਿਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਇਸ ਤੋਂ ਇਲਾਵਾ ਇੱਥੋਂ ਦੇ ਪਟਵਾਰੀ ਸਰਕਾਰੀ ਸਮੇਂ ਮੁਤਾਬਿਕ 9 ਵਜੇ ਡਿਊਟੀ ਤੇ ਹਾਜ਼ਰ ਨਹੀਂ ਸਨ। ਮੀਡੀਆ ਟੀਮ ਦੇ ਇਸ ਅਚਨਚੇਤੀ ਦੌਰੇ ਦੌਰਾਨ ਵੀ ਇੱਥੋਂ ਦੇ 32 ਪਟਵਾਰੀਆਂ ਵਿੱਚੋਂ ਸਿਰਫ 5 ਪਟਵਾਰੀ ਹੀ ਹਾਜ਼ਰ ਪਾਏ ਗਏ। ਪਟਵਾਰੀਆਂ ਦੀ ਦੇਰੀ ਦੇ ਚਲਦਿਆਂ ਲੋਕ ਆਪਣੇ ਕੰਮਕਾਜ ਕਰਾਉਣ ਲਈ ਪਰੇਸ਼ਾਨ ਹੋ ਰਹੇ ਨੇ। ਸਕੂਲ ਘਰ ਬਣਾ ਦਾ ਬੱਚੇ ਦਾ ਅਰਸੀ ਦਾ ਜਾਤੀ ਦਾ ਉਹ ਮੈਡਮਾਂ ਤੰਗ ਕਰਦੀਆਂ ਬੱਚੇ ਨੂੰ ਪੜ੍ਹਾਉਣ ਨੂੰ, ਮੋਹਰ ਹੋਣੀ ਆ ਬਸ। ਅਸੀਂ ਬੈਠੇ ਘੰਟਾ ਹੋ ਗਿਆ ਹੁਣ ਦੇਖਦੇ, ਸਾਨੂੰ ਕਹਿੰਦੇ ਸੋਮਵਾਰ ਨੂੰ ਆਇਓ, ਅਸੀਂ ਫੋਨ ਕੀਤਾ ਤਾ। ਠੀਕ ਆ, ਸੋਮਵਾਰ ਆਓ? ਹਾਂ, ਕਹਿੰਦੇ ਸੋਮਵਾਰ। ਹੁਣ ਆਪ ਕਿੱਥੇ ਆ ਪਟਵਾਰੀ? ਦੱਸਿਆ ਨਹੀਂ ਕਿੱਥੇ ਆ। ਕਿੰਨਾ ਟਾਈਮ ਹੋ ਗਿਆ ਹੋ ਗਿਆ? ਸਾਨੂੰ ਘੰਟਾ ਹੋ ਚੱਲਿਆ। ਇਸ ਮਾਮਲੇ ਸਬੰਧੀ ਜਦੋਂ GA2DC ਅਮਨਜੋਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਦੀ ਲੇਟ ਲਤੀਫੀ ਕਾਨੂੰਨ ਦੇ ਖਿਲਾਫ ਹੈ, ਨਾਲ ਹੀ ਕੋਈ ਵੀ ਪਟਵਾਰੀ ਆਪਣੇ ਨਾਲ ਪ੍ਰਾਈਵੇਟ ਮੁਲਾਜ਼ਮ ਨਹੀਂ ਰੱਖ ਸਕਦਾ ਕਿਉਂਕਿ ਸਰਕਾਰੀ ਰਿਕਾਰਡ ਨੂੰ ਕੋਈ ਹੋਰ ਵਿਅਕਤੀ ਨੁਕਸਾਨ ਪਹੁੰਚਾ ਸਕਦਾ ਹੈ, ਅਤੇ ਸਾਰੇ ਪਟਵਾਰੀਆਂ ਨੂੰ ਸਵੇਰੇ 9 ਵਜੇ ਦਫ਼ਤਰ ਆਉਣਾ ਜ਼ਰੂਰੀ ਹੈ। ਜੋ ਵੀ ਪਟਵਾਰੀ ਗੈਰ ਹਾਜ਼ਰ ਪਾਏ ਗਏ ਨੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਜੇ ਇਹ ਗੱਲ ਸਹੀ ਹੈ, ਇਸ ਦੀ ਪੂਰੀ ਪੜਤਾਲ ਕੀਤੀ ਜਾਵੇਗੀ ਅਤੇ ਜੋ ਦੋਸ਼ੀ ਪਟਵਾਰੀ ਨੇ ਜਾਂ ਜੋ ਵੀ ਅਧਿਕਾਰੀ ਨੇ ਜਿਨ੍ਹਾਂ ਦੇ ਤੁਸੀਂ ਸਵਾਲ ਉਠਾ ਰਹੇ ਹੋ, ਉਸ ਉੱਤੇ ਪੂਰੀ ਜਾਂਚ ਪੜਤਾਲ ਕਰਕੇ ਜੋ ਵੀ ਸਜ਼ਾ ਬਣਦੀ ਹੈ ਉਹ ਅਸੀਂ ਤੁਹਾਨੂੰ ਯਕੀਨੀ ਦਵਾਉਂਦੇ ਹਾਂ, ਕਿਉਂਕਿ ਜੋ ਡਿਊਟੀ ਹੈ ਉਸ ਦੇ ਸਮੇਂ ਦੀ ਪਾਲਣਾ ਕਰਨਾ ਅਤੇ ਆਪਣੇ ਕੰਮ ਨੂੰ ਪੂਰੀ ਸੰਜੀਦਗੀ ਨਾਲ ਕਰਨਾ, ਕਿਉਂਕਿ ਇੱਥੇ ਅਸੀਂ ਬੜੇ ਇੰਪੋਰਟੈਂਟ ਅਤੇ ਸੀਰੀਅਸ ਡਾਕੂਮੈਂਟਸ ਨਾਲ ਡੀਲ ਕਰਦੇ ਹਾਂ, ਇਹ ਬਹੁਤ ਜ਼ਰੂਰੀ ਹੈ। ਅਤੇ ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਕਿਸੇ ਵੀ ਤਰੀਕੇ ਦੀ ਕੋਤਾਹੀ ਨਹੀਂ ਵਰਤੀ ਜਾਏਗੀ। ਆਲ ਦਿਸ ਡਾਕੂਮੈਂਟਸ ਐਂਡ ਆਲ ਦ ਡੇਟਾ ਦੈਟ ਵੀ ਡੀਲ ਵਿਦ ਇਜ਼ ਵੈਰੀ ਸੀਕ੍ਰੇਟ ਟੂ ਅਸ, ਸੋ ਵੀ ਵੁੱਡ ਮੇਕ ਸ਼ੋਰ ਕਿ ਜੋ ਬਣਦੀ ਸਰ ਦੀ ਕਾਰਵਾਈ ਹੈ ਟੂ ਮੇਨਟੇਨ ਦ ਡਿਸਿਪਲਿਨ ਐਂਡ ਇੰਟੈਗ੍ਰਿਟੀ ਆਫ ਦ ਆਫਿਸ। ਇਸ ਨੂੰ ਲੈ ਕੇ ਰੂਲਸ ਜੋ ਹੈ ਕਲੀਅਰ ਨੇ ਕਿ ਐਸਾ ਕੁਛ ਵੀ ਅਲਾਊਡ ਨਹੀਂ ਹੈ। ਬਾਕੀ ਆਈ ਵੁੱਡ ਡੂ ਅ ਡਿਟੇਲ ਚੈੱਕ ਆਲਸੋ। ਵੇਖਣਾ ਹੁਣ ਇਹ ਹੋਵੇਗਾ ਕਿ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਕੋਈ ਅਸਰ ਹੁੰਦਾ ਹੈ ਜਾਂ ਫਿਰ ਹਾਲਾਤ ਜਿਉਂ ਦੇ ਤਿਉਂ ਬਰਕਰਾਰ ਰਹਿੰਦੇ ਨੇ। ਨਿਊਜ਼ ਡੈਸਕ ਤੋਂ ਹਰਪ੍ਰੀਤ ਸਿੰਘ ਗਿੱਲ ਦੇ ਨਾਲ ਨਵਾਂ ਸ਼ਹਿਰ ਤੋਂ ਸੁਖਦੇਵ ਉੜਾਪਰ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।